ਵੀ ਸੌਦਾਗਰ ਯਾਰ, ਖਲੋਤਾ ਘੋੜਾ ਕਿਵੇਂ ਦਾ ਸਬਜ਼ੀ ਲਸਣ ਲੱਗਦਾ? ਪਸੰਦ ਨਹੀਂ ਆਉਂਦਾ। ਅੱਛਾ, ਉਸ ਟਾਈਮ ਉਹਨਾਂ ਪਸੰਦ ਕੀਤਾ ਤੇ ਲੱਖ ਇੱਕ ਰੁਪਏ ਦੇ ਲਿਆ ਜੀ। ਸੌਖਾ ਘੋੜਾ, ਸੌਖਾ ਉਸਤਾਦ ਘੋੜਾ। ਜੀ ਜੀ, ਉਸਤਾਦ ਘੋੜਾ। ਸੌਦਾਗਰ ਦੀ ਉਮਰ ਕੀ ਹੋ ਗਈ ਹੈ? ਸੌਦਾਗਰ ਦੀ ਉਮਰ ਤਕਰੀਬਨ ਇੱਕ ਅੰਦਾਜ਼ੇ ਦੇ ਮੁਤਾਬਿਕ 27-28 ਸਾਲ ਹੈ। ਵਾਹ ਘੋੜਾ ਵਾਹ, ਆਹਾ ਖੈਰ ਹੋ ਵੀ ਘੋੜਿਆ। ਅਸਲਾਮ ਵਾਲੇਕੁਮ ਵੇਲੀਓ, ਕੀ ਹਾਲ ਹੈ? ਖੈਰ ਖਰੀਅਤ ਨਾਲ ਹੈਗੀ। ਉਮੀਦ ਕਰਾਂਗਾ ਕਿ ਸਾਰੇ ਵੇਖਣਾ ਦੇ ਠੀਕ ਠਾਕ ਔਰ ਖਰੀਅਤ ਨਾਲ ਹੋਣਗੇ। ਦੋਸਤੋ, ਪਿਛਲੀ ਵੀਡੀਓ ਦੇ ਵਿੱਚ ਦੋਸਤਾਂ ਨੂੰ ਸੌਦਾਗਰ ਜੂਨੀਅਰ ਵਿਖਾਇਆ ਅਤੇ ਹੁਣ ਦੋਸਤਾਂ ਨੂੰ ਇਸ ਵੀਡੀਓ ਦੇ ਵਿੱਚ ਸੌਦਾਗਰ ਘੋੜਾ ਵਿਖਾਉਣਾ। ਸੌਦਾਗਰ ਘੋੜਾ ਕੀ ਹੈ, ਇਹਦੀ ਬਲੈਡ ਲਾਈਨ ਕੀ ਹੈ, ਜੰਮਿਆ ਕਿੱਥੇ, ਇਹਦੀ ਮਾਂ ਕੀ ਹੈ, ਜਵਾਨ ਕਿਵੇਂ ਹੋਇਆ, ਪੇੜੇ 'ਚ ਇਸ ਕੇ ਕੀਤਾ, ਸੌਦਾਗਰ ਕਿਵੇਂ ਬਣਿਆ, ਸਾਰੀ ਮੁਕੰਮਲ ਹਿਸਟਰੀ। ਔਰ ਸਭ ਤੋਂ ਮੇਨ ਚੀਜ਼ ਜਿਹੜੀ ਹੈ ਉਹ ਇਹ ਹੈ ਵੀ ਇਸ ਤੋਂ ਘੋੜੀਆਂ ਕਿੰਨੀਆਂ ਬਰੀਡ ਹੁੰਦੀਆਂ ਪਈਆਂ, ਕਿੰਨੀਆਂ ਹੋ ਚੁੱਕੀਆਂ ਹਨ, ਇਹ ਸਭ ਤੋਂ ਅਹਿਮ ਸਵਾਲ ਹੈ। ਮਲਿਕ ਤਾਹਿਰ ਇਰਫਾਨ ਸਾਹਿਬ ਕੋਲ ਪੁੱਛਣ ਵਾਲਾ, ਉਹ ਇਨਸ਼ਾਅੱਲਾ ਮੈਂ ਪੁੱਛਦਾ। ਮਲਿਕ ਸਾਹਿਬ ਦਾ ਸ਼ੁਕਰੀਆ, ਬੜਾ ਅੱਛਾ ਵਕਤ ਸਾਨੂੰ ਇਨਾਇਤ ਕੀਤਾ ਸਾਡੇ ਵਾਸਤੇ, ਸ਼ੌਕੀਨਾਂ ਵਾਸਤੇ, ਵੇਖਣ ਵਾਲਿਆਂ ਵਾਸਤੇ। ਔਰ ਸਭ ਤੋਂ ਅਹਿਮ ਚੀਜ਼ ਹੈ ਬਈ ਇੱਕ ਪਰਦਾ ਬੇਨਕਾਬ ਕਰਨ ਵਾਸਤੇ ਵੀ ਘੋੜੀਆਂ ਕਿੰਨੀਆਂ ਕ੍ਰਾਸ ਹੋਈਆਂ ਪਈਆਂ। ਜਿਹੜੇ ਦੋਸਤਾਂ ਨੂੰ ਫੇਸਬੁੱਕ 'ਤੇ ਵੇਖਦੇ ਪਏ ਆ ਉਹ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦੇਣ, ਅਤੇ ਅਸੀਂ ਇਨਸ਼ਾਅੱਲਾ ਦੋਸਤਾਂ ਨੂੰ ਮਜ਼ੀਦ ਇਸ ਤੋਂ ਵੀ ਅੱਛਾ ਅੱਛਾ ਸ਼ੌਕ ਜਿਹੜਾ ਨਾ ਜੀ ਉਹ ਕਰਾਵਾਂਗੇ, ਘੋੜਾ ਵੇਨੇ ਡਿਟੇਲ ਲੈਂਦੇ। ਮਲਿਕ ਸਾਹਿਬ, ਸਭ ਤੋਂ ਪਹਿਲੇ ਤਾਂ ਅਗੇਨ ਥੈਂਕ ਯੂ ਜਨਾਬ ਦਾ, ਸ਼ੁਕਰੀਆ ਅੱਛਾ ਸ਼ੌਕ ਕਰਾਵਣ ਦਾ, ਔਰ ਸਭ ਤੋਂ ਅਹਿਮ ਚੀਜ਼ ਸੌਦਾਗਰ ਵਿਖਾਵਣ ਦਾ ਸ਼ੁਕਰੀਆ ਅਦਾ ਕਰਦੇ ਹਾਂ। ਮਲਿਕ ਸਾਹਿਬ, ਇਹਦੀ ਬਲੱਡ ਲਾਈਨ ਤੋਂ ਸ਼ੁਰੂ ਕਰੋ ਬਈ, ਇਹਦੇ ਮਾਂ ਪਿਓ ਤੋਂ ਗੱਲ ਸ਼ੁਰੂ ਕਰਨੀ ਹੈ ਬਈ ਇਹਦੀ ਮਾਂ ਕਿਹੜੀ ਹੈ, ਇਹਦਾ ਬਾਪ ਕਿਹੜਾ ਹੈ? ਇਹਦਾ ਜਨਾਬ ਬਾਪ ਆਈ ਸ਼ਹਿਜ਼ਾਦਾ ਨਿਹੰਗਾਲ, ਮਸ਼ਹੂਰ ਆਈ ਨੁਕਰਾ ਸਫਦਰ ਦਾਰੂ ਕੋਟਾਲਾ। ਅੱਛਾ, ਇਹਦਾ ਬਾਪ ਆਈ? ਇਹਦਾ ਬਾਪ ਆਈ ਜੀ। ਠੀਕ ਹੈ, ਅਤੇ ਮਾਂ ਇਹਦੀ ਵਿਹਾੜੀ ਸਾਈਡ ਤੋਂ ਲਿਆ ਆਈ, ਉੱਥਾਂ ਹੀ ਕੋਈ ਆਈ, ਅਤੇ ਬਾਪ ਦੀ ਕਨਫਰਮ ਹੈ ਸ਼ਹਿਜ਼ਾਦਾ ਨਿਹੰਗਾਲ। ਅੱਛਾ, ਮਾਂ ਇਹਦੀ ਜਿਹੜੀ ਆਈ। ਅੱਛਾ, ਇਹ ਇਹਦੀ ਘੋੜੀ ਜਿਹੜੀ ਉਹ ਤੁਸੀਂ ਵਿਹਾੜੀ ਸਾਈਡ ਤੋਂ ਤੁਸੀਂ ਆ ਪਰਚੇਜ਼ ਕੀਤੀ ਹੈ? ਜੀ ਜੀ, ਆ ਬੜੇ ਭਾਈ ਰਾਜਾ ਫਾਰੂਕ ਖਾਨ ਉੱਥੇ, ਉਹਨਾਂ ਲੁੱਡਣ ਵਿਹਾੜੀ ਇੱਕ ਮੇਲਾ ਹੁੰਦਾ ਕੰਮ ਦਾ। ਅੱਛਾ, ਦੂਰੀ ਵਾਲਾ, ਅਤੇ ਉਹਦੇ ਵਿੱਚ ਸਭ ਕੀ ਘੋੜੇ ਪਹਿਲੀ ਦਿਹਾੜ ਪੇਸ਼ ਕੀਤੇ ਹੋਏ ਨੇ। ਅੱਛਾ, ਜਿਹੜੇ ਨਵੇਂ ਨਵੇਂ ਲੱਗੇ ਹੋਏ ਨੇ ਦੁੜਕਦੇ ਨਹੀਂ ਜਾ ਰਹੇ, ਥੋੜ੍ਹੀ ਥੋੜ੍ਹੀ ਪਕੜ ਕਰੇ ਨੇ। ਅੱਛਾ, ਉਹਨਾਂ ਦੇ ਵਿੱਚ ਬਿਲਕੁਲ ਛੋਟਾ ਸਾਰਾ ਆਈ ਇਹਦੀ ਜਾਤ ਸ਼ਾਹ ਦੀ ਕਾਨ ਆਈ, ਅਤੇ ਮਤਲਬ ਆਮ ਆਖ ਨੂੰ ਪਸੰਦ ਨਹੀਂ ਆਉਂਦਾ। ਅੱਛਾ, ਉਸ ਟਾਈਮ ਉਹਨਾਂ ਪਸੰਦ ਕੀਤਾ ਅਤੇ ਲੱਖ ਇੱਕ ਰੁਪਏ ਦੇ ਲਿਆ ਆਈ 2008 'ਚ। ਅੱਛਾ, ਅਤੇ ਵੱਧ ਇਹ ਚਲਾ ਗਿਆ ਕਸ਼ਮੀਰ, ਉੱਥੇ ਨੇਜ਼ਾਬਾਦੀ 'ਤੇ ਲਗਾਇਆ ਖੁਦ। ਅੱਛਾ ਜੀ ਜੀ, ਔਰ ਉਹਨਾਂ ਦੌੜਾਇਆ ਵੀ 4-5 ਸਾਲ, ਬੜਾ ਅੱਛਾ ਹੈ। ਅੱਛਾ, ਉਸ ਤੋਂ ਬਾਅਦ ਇੱਕ ਸ਼ਾਦੀ ਆਈ ਬੜਾ ਭਾਈ ਰਾਜਾ ਸਲੀਮ, ਹਾਂਜੀ, ਉਸ ਮੌਕੇ 'ਤੇ ਅਸੀਂ ਗਏ ਅਤੇ ਅਸੀਂ ਨਾਲ ਲਿਆ 2015 'ਚ ਗੱਲ ਬਾਤ, 15-16। ਇਹਦਾ ਸੌਦਾਗਰ ਨਾਂ ਕਿਵੇਂ ਪਿਆ? ਇਹਦਾ ਸੌਦਾਗਰ ਨਾਂ ਰਾਜਾ ਫਾਰੂਕ ਖਾਨ ਹੀ ਰੱਖਿਆ ਜੀ। ਅੱਛਾ, ਉੱਥਾਂ ਹੀ ਪਹਿਲੀ ਨੇਜ਼ਾਬਾਦੀ ਦੇ ਵਿੱਚ। ਅੱਛਾ, ਉਸ ਤੋਂ ਬਾਅਦ ਸੌਦਾਗਰ ਹੀ ਨਾਂ। ਠੀਕ ਹੈ, ਵਜ੍ਹਾ ਸ਼ੋਹਰਤ ਕੀ ਹੈ ਇਸ ਘੋੜੇ ਦੀ? ਇਹਦੀ ਵਜ੍ਹਾ ਸ਼ੋਹਰਤ, ਇੱਕ ਤਾਂ ਇਹਦਾ ਰੰਗ ਬੜਾ ਨਾਯਾਬ ਹੈ ਜੀ। ਅੱਛਾ, ਅਤੇ ਦੂਜੀ ਇਹਦੀ ਚਾਲ ਹੈ। ਠੀਕ ਹੈ, ਇਹਦਾ ਜਿਹੜਾ ਕਿਰਦਾਰ ਹੈ, ਮਤਲਬ ਬਿਲਕੁਲ ਛੋਟੇ ਬੱਚੇ ਬੁਲਾ ਰਹੇ ਉੱਤੇ। ਅੱਛਾ, ਇਹ ਹਾਜ਼ਰ ਹੈ। ਸੌਖਾ ਘੋੜਾ, ਸੌਖਾ ਉਸਤਾਦ ਘੋੜਾ। ਜੀ ਜੀ, ਉਸਤਾਦ ਘੋੜਾ। ਸੌਦਾਗਰ ਦੀ ਉਮਰ ਕੀ ਹੋ ਗਈ ਹੈ? ਸੌਦਾਗਰ ਦੀ ਉਮਰ ਤਕਰੀਬਨ ਇੱਕ ਅੰਦਾਜ਼ੇ ਦੇ ਮੁਤਾਬਿਕ 27-28 ਸਾਲ ਹੈ। 27-28 ਸਾਲ ਹੋ ਗਈ ਹੈ, ਔਰ 27-28 ਸਾਲਾਂ ਦੇ ਵਿੱਚ ਮਾਸ਼ਾਅੱਲਾ ਸੌਦਾਗਰ ਸੌਖਾ ਖਲੋਤਾ ਹੋਇਆ ਤੁਹਾਡੇ ਕੋਲ। ਜੀ ਜੀ, ਅਲਹਮਦੁਲਿਲਾਹ। ਵਜ੍ਹਾ ਸਿਹਤ ਦੀ ਕੀ ਹੈ? ਇਹਦੀ ਕੇਅਰ ਬੜੀ ਕਰਦੇ ਹਾਂ ਜੀ। ਅੱਛਾ, ਇੱਕ ਦੌਰ 'ਚ ਇਹਦਾ ਪੇਅਰ ਬੜਾ ਖਰਾਬ ਹੋ ਗਿਆ, ਨਜ਼ਰ ਹੀ ਆਉਂਦਾ ਪਿਓ ਜੀ, ਹਾਂ,
ਅਤੇ ਬਸ ਇਲਾਜ ਬੜਾ ਕਰਾਇਆ ਲੇਕਿਨ ਉਸ ਵੇਲੇ ਸਹੀ ਨਹੀਂ ਹੋਇਆ। ਹੁਣ ਸਾਡੇ ਕੋਲ ਇੱਕ ਹਕੀਮ ਹੈ ਡਾਕਟਰ ਇਹਸਾਨੁੱਲਾ। ਅੱਛਾ। ਉਸ ਆ ਕੇ 4-5 ਸਾਲ ਪਹਿਲੇ ਇਹਨੂੰ ਬਿਲਕੁਲ ਫਿੱਟ ਕਰ ਦਿੱਤੇ। ਅੱਛਾ ਜੀ ਜੀ। ਹੁਣ ਮਾਸ਼ਾਅੱਲਾ ਠੀਕ ਹੈ, ਹੁਣ ਬਿਹਤਰ ਹੈ। ਸੌਦਾਗਰ ਜੀ ਦੇ ਬੱਚੇ, ਇਹਦੀਆਂ ਘੋੜੀਆਂ, ਉਹ ਕਿਹੜੀ ਕਿਹੜੇ ਯਾਦ ਉੱਤੇ ਜ਼ਿਆਦਾ ਹੈ ਲੋਕਾਂ ਕੋਲੋਂ ਜਾਂ ਤੁਹਾਡੇ ਕੋਲ ਆਪਣੇ ਕੋਲੋਂ? ਇੱਕ ਤਾਂ ਸੌਦਾਗਰ ਜੂਨੀਅਰ ਵੀ ਤੁਹਾਡੇ ਕੋਲ ਹੈ ਜੀ ਜੀ, ਔਰ ਨਾਮ ਵਾਰੀ ਕਿਹੜੇ ਕਿਹੜੇ ਇਹਦੇ ਬੱਚਿਆਂ ਦੇ ਵਿੱਚ? ਸੌਦਾਗਰ ਦੀ ਜਿਹੜੀ ਬਰੀਡ ਹੈ ਨਾ ਜੀ ਪੇਵਰ, ਹਾਂਜੀ, ਉਹ ਤਾਂ ਆਪਣੇ ਕੋਲ ਹੀ ਹੈ ਅਲਹਮਦੁਲਿਲਾ। ਅੱਛਾ। ਅਤੇ ਆਸੇ ਪਾਸੇ ਤਾਂ ਅੱਜ ਕੱਲ੍ਹ ਜਿਹੜੇ ਵੀਡੀਓ ਖੋਲੂ ਆ ਪੈਂਦੀ ਹੈ ਵੀ ਇਹ ਸੌਦਾਗਰ ਦਾ, ਇਹ ਸੌਦਾਗਰ ਦਾ, ਹਾਂਜੀ, ਲੇਕਿਨ ਉਹ ਸਾਰੇ ਇਲਮ ਵਿੱਚ ਕਹਾਣੀ ਪਤਾ ਨਹੀਂ ਕਿਹੜੇ ਸੌਦਾਗਰ ਦੇ। ਅੱਛਾ। ਸਾਰੇ ਕੋਲ ਆਪਣੇ ਕੋਲ 5-6-7 ਬੱਚੇ ਦੇ ਹਨ। ਅੱਛਾ। 3-4 ਬਛੇਰੀਆਂ ਹਨ, 6-7 ਬਛੇਰੇ ਹਨ। ਹਾਂਜੀ, ਠੀਕ। ਇਹ ਮਸ਼ਹੂਰ ਕਿਸ ਵਜ੍ਹਾ ਨਾਲ ਜ਼ਿਆਦਾ ਹੋ ਗਿਆ ਸੌਦਾਗਰ? ਇਹਦੀ ਹਾਲ ਹਾਲ ਕਿਹੜੀ ਵਜ੍ਹਾ ਨਾਲ ਪਈ ਹੈ? ਇਹਦੀ ਹਾਲ ਹਾਲ ਇਹਦੀ ਚਾਲ ਦੀ ਵਜ੍ਹਾ ਨਾਲ ਜੀ। ਚਾਲ ਦੀ ਵਜ੍ਹਾ ਨਾਲ? ਕਿਵੇਂ ਚਾਲ? ਪਹਿਲੇ ਤਾਂ ਇਤਨਾ ਜਿਹਨਾਂ ਨੇ ਇੱਧਰ ਹੋ ਸੀ ਅਰੂਜ, ਉਸ ਵੇਲੇ ਤਾਂ ਇਹਦਾ ਮੀਡੀਆ ਦਾ ਦੌਰ ਕੋਲ ਆਈ। ਅੱਛਾ। ਅਤੇ ਹੁਣ ਇੱਥੇ ਆ ਕੇ ਬਾਈ ਅਸੀਂ ਬਣਾ ਟਿਕਟਾਕ ਅਤੇ ਚੈਨਲ ਬਣਾ ਕੇ ਅਤੇ ਚਲਾਇਆ ਤਾਂ ਉਹ ਚਾਲ ਦੀ ਵਜ੍ਹਾ ਤੋਂ ਮਸ਼ਹੂਰ ਹੋ ਗਏ ਬਹੁਤ। ਅੱਛਾ 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 ਅੱਛਾ। ਅਤੇ ਹੁਣ ਚੜ੍ਹਦੇ ਚੜ੍ਹਦੇ ਹੋ ਇਸ 'ਤੇ? ਜੀ ਜੀ, ਚੜ੍ਹਦੇ ਹਾਂ। ਅਤੇ ਇਹ ਬਰੀਡਿੰਗ ਸ਼ਰੀਡਿੰਗ ਹੁਣ ਜ਼ਾਤੀ ਤੌਰ 'ਤੇ ਕਰਵਾ ਰਹੇ ਹੋ, ਬਾਹਰ ਵੀ ਦੇ ਰਹੇ ਹੋ ਕਿ? ਨਹੀਂ, ਬਾਹਰ ਪੁਣੇ ਦੇ ਰਹੇ ਜੀ, ਬਿਲਕੁਲ ਘਰ ਦੀ ਗੋੜੀ 'ਤੇ, ਉਹ ਨੁਕਰੀ ਗੋੜੀ ਇੱਕ ਆਪਣੀ 'ਤੇ ਕਰਾਸ, ਇੱਕ ਕੁਮੈਤ ਗੋੜੀ 'ਤੇ ਕਰਾਸ ਹੈ ਜੀ। ਅੱਛਾ। ਇੱਕ ਸ਼ਾਨ ਸੌਦਾਗਰ ਇਸਦੀ ਜਿਹੜੀ ਇਹ ਗੋੜੀ ਮਾਂ ਉਸ 'ਤੇ ਕਰਾਸ ਹੈ। ਹਾਂ। ਜਿਹੜੀਆਂ ਇਹਦੀਆਂ ਖੂਬੀਆਂ ਹਨ ਅੱਗੂ ਇਹਦੇ ਬੱਚਿਆਂ ਦੇ ਵਿੱਚ ਵੀ ਹੈ? ਜੀ ਬਿਲਕੁਲ, ਸੇਮ ਖੂਬੀਆਂ ਇਹਦੇ ਬੱਚਿਆਂ 'ਚ, ਲੱਚਾ ਕਿ ਬੜੀ ਬਿਹਤਰੀਨ ਹੈ। ਹਾਂਜੀ। ਮੂੰਹ ਦੇ ਪੁੱਲੇ ਨੇ। ਅੱਛਾ। ਦਲੇਰੀ ਨਹੀਂ ਆ ਰਹੇ ਜੀ। ਅੱਛਾ। ਸਾਰੀਆਂ ਖੂਬੀਆਂ ਹਨ ਅਲਹਮਦੁਲਿਲਾ। ਮਲਕ ਸਾਹਿਬ, ਇੱਕ ਬੜੀ ਚੀਜ਼ ਅਹਿਮ ਹੁੰਦੀ ਹੈ ਵੀ ਅਕਸਰ ਨਾ ਸਾਡੇ ਵੇਖਣ ਵਾਲੇ ਡਿਮਾਂਡ ਹੁੰਦੀ ਹੈ ਜੀ 63-64 ਇੰਚ ਦਾ ਘੋੜਾ ਹੋਣਾ ਚਾਹੀਦਾ, 63-64 ਇੰਚ। 63-64 ਇੰਚ ਦਾ ਵਾਟਰ ਸਕੇਲ ਨਾਲ ਤਾਂ ਪਾਕਿਸਤਾਨ ਦੇ ਵਿੱਚ ਦੇਸੀ ਬਰੀਡ ਦੇ ਵਿੱਚ ਤਾਂ ਮੇਰਾ ਖਿਆਲ ਹੈ ਕਿ ਘੋੜਾ ਕੋਈ ਨਹੀਂ ਹੈ। ਠੀਕ ਹੈ ਨਾ ਜੀ। ਕਦ ਮੈਟਰ ਕਰਦਾ ਘੋੜੇ ਦੇ ਵਿੱਚ, ਨੂਰ ਮੈਟਰ ਕਰਦਾ, ਕਿਹੜਾ ਜ਼ਿਆਦਾ ਅਹਿਮ ਕੀ ਹੈ? ਸਾਰੇ ਹਿਸਾਬ ਵਿੱਚ ਜੀ ਕਦ ਮੈਟਰ ਕੋ ਨਹੀਂ ਕਰਦਾ। ਅੱਛਾ। ਘੋੜੇ ਥਾਂ ਤੇ ਕੁਝ ਹੋ ਜਾਣ, ਤੁਸੀਂ ਦੇਖੋ ਦੇਸੀ ਪੀੜੀ 'ਚ ਜਿਤਨੇ ਵੱਡੇ ਮਿਕਸ ਘੋੜੇ ਹੋਣ ਉਹਨਾਂ ਨੇ ਥੱਲੇ ਦੇ ਕੇ ਵੱਧਦੇ ਉਹਨੇ। ਹਾਂਜੀ। ਸੌਦਾਗਰ ਹੀ ਬੇਸਿਕਲੀ ਬੜਾ ਘੋੜਾ ਨਹੀਂ। ਹਾਂਜੀ। ਲੇਕਿਨ ਜਿਹੜੇ ਸਪਾਟ ਆ ਵਾਂਗੇ ਜਾਂ ਪੀੜੀ 'ਚ ਵੜ ਵਾਂਗੇ ਤਾਂ ਇਸ ਤੋਂ ਵੱਡਾ ਘੋੜਾ ਨਜ਼ਰ ਹੀ ਨਹੀਂ ਆਉਂਦਾ। ਨਜ਼ਰ ਨਹੀਂ ਆਉਂਦਾ। ਇਹ ਬਰੀਡ ਦੀ ਗੱਲ ਹੁੰਦੀ ਹੈ, ਦੇਸੀ ਘੋੜੇ ਜਿਹੜੇ ਸਾਰੇ 64 ਇੰਚ ਤਾਂ ਮੁਸ਼ਕਿਲ ਹੀ ਹੈ ਜੀ। ਅੱਛਾ ਜੀ ਜੀ। 64 ਇੰਚ ਤਾਂ ਬਿਲਕੁਲ ਹੈ ਹੀ ਕੋਈ ਨਾ ਮਲਕ ਸਾਹਿਬ, ਉਹ ਤਾਂ ਵਾਟਰ ਸਕੇਲ ਲੈ ਗਿਆ, ਅਸੀਂ ਵੀ ਢੇਰ ਫਿਰਿਆ ਹੈ ਲੇਕਿਨ ਸਾਨੂੰ ਉਹ ਕੋਈ ਨਹੀਂ ਲੱਗਾ। ਅਤੇ ਬਾਕੀ ਮਲਕ ਸਾਹਿਬ, ਇਹਦੀ ਚਾਲ ਵਿਖਾਓ ਨਾ ਜੀ, ਇਸ ਗੱਲੋਂ ਇਹ ਜ਼ਿਆਦਾ ਮਸ਼ਹੂਰ ਹੈ ਨਾ ਜੀ। ਜੀ ਬਿਲਕੁਲ, ਉਹ ਸਾਨੂੰ ਜ਼ਰੂਰ ਤੁਸੀਂ ਵਿਖਾਓ, ਇਹਦੇ ਕੋਲ ਲਟਕੇ ਵਿਖਾਓ ਸਾਨੂੰ। ਜੀ ਜੀ। ਹਾਂਜੀ, ਤਾਂ ਕਿ ਚਲੋ ਸਾਡਾ ਸ਼ੌਕ ਪੂਰਾ ਹੋਵੇ, ਸਾਡੇ ਵੇਖਣ ਵਾਲਿਆਂ ਦਾ ਸ਼ੌਕ ਪੂਰਾ ਹੋਵੇ। ਯਕੀਨਨ ਸੌਦਾਗਰ ਦੀ ਫੈਨ ਫੋਲੋਇੰਗ ਵੀ ਹੈ ਟਿਕਟੋਕ ਤੇ, ਯੂਟਿਊਬ ਤੇ, ਫੇਸਬੁੱਕ ਤੇ। ਇਹਨੂੰ ਲੱਖਾਂ ਦੇ ਲੋਕਾਂ ਸੌਦਾਗਰ ਪਹਿਲੇ ਬੜਾ ਮਸ਼ਹੂਰ ਸੀ ਆਈ। ਅੱਛਾ। ਇਹਦਾ ਲੱਕਾ ਵੀ ਹੋਏ ਜੀ। ਠੀਕ ਵਿਖਾ ਰਹੇ ਨੇ। ਅੱਛਾ ਦੋਸਤੋ, ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਵਿਖਾ ਚੁੱਕਿਆ ਕਿ ਸੌਦਾਗਰ ਜੂਨੀਅਰ, ਸੌਦਾਗਰ ਦੇ ਬੱਚੇ ਜਿਹੜੇ ਮਲਕ ਸਾਹਿਬ ਦੇ ਥਾਂ ਦੇ ਉੱਤੇ ਮੌਜੂਦ ਹਨ, ਇਹ ਹੈ ਜੀ ਸੌਦਾਗਰ ਜੂਨੀਅਰ, ਔਰ ਬਿਲਕੁਲ ਬਾਪ ਵਾਂਗੂ ਹੈ ਰੰਗ ਇਹਦਾ, ਮਾਸ਼ਾਅੱਲਾ। ਸਾਰਾ ਘੋੜਾ ਤੁਹਾਨੂੰ ਮੈਂ ਵਿਖਾ ਦਿੰਦਾ ਤਾਂ ਕਿ
ਪਹਿਚਾਨ ਹੋ ਜਾਏਗੀ ਦੋਸਤਾਂ ਨੂੰ। ਮਾਸ਼ਾਅੱਲਾ ਚਾਲ ਵਾਸਤੇ ਤਿਆਰ ਕਰਦੇ ਪੈਣ ਦੀ ਇਹਦੀ ਸਵਾਰੀ ਤੁਹਾਨੂੰ ਵਿਖਾਉਂਦੇ ਹਾਂ। ਇਤਨੀ ਦੇਰ ਮੈਂ ਤੁਹਾਨੂੰ ਇਹਦੇ ਬੱਚੇ ਵਿਖਾ ਦੇਣਾ ਜੀ। ਸੁਦਾਗਰ ਜੂਨੀਅਰ ਸ਼ੌਕ ਹੋ ਗਿਆ ਦੋਸਤਾਂ ਦਾ, ਹੁਣ ਸ਼ਾਨੇ ਸੁਦਾਗਰ ਤੁਹਾਨੂੰ ਵਿਖਾਉਂਦੇ ਹਾਂ। ਮਲਿਕ ਸਾਹਿਬ ਦਾ ਮੁਕੰਮਲ ਸ਼ੌਕ ਉਹ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ, ਚੈਨਲ ਦੇ ਉੱਤੇ ਲੱਗੀਆਂ ਹੋਈਆਂ ਨੇ ਸਾਰਾ ਡਿਟੇਲ ਦੇ ਨਾਲ, ਸ਼ੌਕ ਕਦੋਂ ਤੋਂ ਹੈ, ਕੀ ਮਾਮਲਾਤ ਨੇ, ਹਰ ਚੀਜ਼ ਸ਼ੇਅਰ ਕੀਤੀ ਗਈ ਹੈ, ਸਾਰਾ ਸ਼ੌਕ ਵਿਖਾਇਆ ਗਿਆ। ਸ਼ਾਨ ਏ ਸੌਦਾਗਰ ਮਾਸ਼ਾਅੱਲਾ ਬਹੁਤ ਖੂਬਸੂਰਤ ਘੋੜਾ ਔਰ ਕੱਦਾਵਰ ਘੋੜਾ, ਬਾਕੀ ਸ਼ੌਕ ਨੂੰ ਵੀ ਨਜ਼ਰ ਮਾਰੋ। ਇਹਨਾਂ ਸਾਰਿਆਂ ਦੀਆਂ ਡਿਟੇਲ ਪਹਿਲੇ ਵੀਡੀਓ ਦੇ ਵਿੱਚ ਲੱਗ ਚੁੱਕੀ ਹੈ, ਲੇਕਿਨ ਇੱਕ ਨਜ਼ਰ ਦੁਬਾਰਾ ਤੋਂ। ਮਾਸ਼ਾਅੱਲਾ ਸਰ ਮਸਤ, ਮਾਸ਼ਾਅੱਲਾ ਨੁਕਰਾ ਸ਼ੌਕ ਕਰੋ ਦੋਸਤੋ। ਬਿਲਕੁਲ ਦੋਸਤੋ, ਅਸੀਂ ਇਸ ਟਾਈਮ ਦਰਿਆ ਸਿੰਧ ਦੀ ਕੱਦੀ ਦੇ ਹਾਂ, ਪਰਲੇ ਸਾਹਮਣੇ ਮੋਬਾਈਲ ਦੇ ਤੁਸੀਂ ਅੱਗੇ ਕੱਚੇ ਦਾ ਇਲਾਕਾ ਅਤੇ ਬੈਕ ਸਾਈਡ ਦੇ ਉੱਤੇ ਕਲੂਰਕੋਟ ਔਰ ਦੂਸਰਾ ਏਰੀਆ ਸ਼ੁਰੂ ਹੋ ਜਾਂਦਾ। ਮਾਸ਼ਾਅੱਲਾ ਸ਼ੌਕ ਹੋ ਗਿਆ ਜੀ ਸੌਦਾਗਰ ਦੀ, ਹੁਣ ਤੁਹਾਨੂੰ ਚੜ੍ਹੀ ਵਿਖਾਉਂਦੇ ਹਾਂ ਔਰ ਇਹਦੀ ਚਾਲ ਵਿਖਾਉਂਦੇ ਹਾਂ ਜੀ। ਹਾਂ ਜੀ ਦੋਸਤੋ, ਸੌਦਾਗਰ ਸੌਦਾਗਰ ਘੋੜਾ ਜਿਸ ਚੀਜ਼ ਦੇ ਵਿੱਚ ਫੇਮਸ ਹੈ ਜੀ, ਚਾਲ ਹੈ ਉਹਦੀ, ਸਭ ਚੜ ਗਿਆ ਨੇ ਦੀ ਚਾਲ ਤੁਹਾਨੂੰ ਵਿਖਾਉਂਦੇ ਹਾਂ, ਚੜ੍ਹੀ ਵਿਖਾਉਂਦੇ ਹਾਂ, ਸੌਦਾਗਰ ਦੇ ਕਰੰਟ ਤੁਹਾਨੂੰ ਵਿਖਾਉਂਦੇ ਹਾਂ ਜੀ। ਖੈਰ ਆ ਵੀ ਵਾਹ ਘੋੜਾ ਵਾਹ, ਆਹਾ ਖੈਰ ਆ ਵੀ ਘੋੜਿਆ ਮਲਿਕ ਸਾਹਿਬ, ਕਰੰਟ ਤਾਂ ਪੂਰੇ ਹਨ ਸੌਦਾਗਰ ਦੇ ਵਿੱਚ ਹਾਲੇ ਵੀ। ਨਹੀਂ ਬਈ ਵਾਕਈ ਸੌਦਾਗਰ ਹੈ, ਵਾਹ ਘੋੜਾ ਵਾਹ, ਵਾਹ ਘੋੜਾ ਵਾਹ, ਹੈਂ ਮਾਸ਼ਾਅੱਲਾ। ਖੈਰ ਆ ਵੀ ਸੌਦਾਗਰ ਯਾਰ, ਇਹ ਖਲੋਤਾ ਘੋੜਾ ਕਿਵੇਂ ਦਾ ਸਬਜ਼ੀ ਲਸਣ ਲੱਗਦਾ ਪਿਆ ਹੈਂਜੀ, ਮਲਿਕ ਸਾਹਿਬ ਸਾਡਾ ਦਿਲ ਤਾਂ ਇਹੀ ਕਰਦਾ ਪਿਆ ਵੀ ਤੁਸਾਂ ਚੜ੍ਹੇ ਰਾਹ ਉੱਤੇ ਇੱਕ ਚੱਕਰ ਹੋਰ ਦਿਵਾ ਇਸ ਨੂੰ, ਇਹ ਇੰਝ ਕੱਢੋ ਨਾ ਜੀ ਇੰਝ ਫਰਨ ਦੇ।
ਘੋੜਾ ਵਾ। ਖੈਰ ਆ ਵੀ ਸੁਦਾਗਰ, ਖੈਰ ਆ ਵੀ। ਮਲਿਕ ਸਾਹਿਬ ਬਹੁਤ ਸ਼ੁਕਰੀਆ ਸੌਦਾਗਰ ਵਿਖਾਵਣ ਦੇ, ਸੌਦਾਗਰ ਦੀ ਚਾਲ ਵਿਖਾਵਣ ਦੇ, ਸੌਦਾਗਰ ਦੀ ਹਿਸਟਰੀ 'ਤੇ। ਔਰ ਬੜਾ ਅੱਛਾ ਤੁਸੀਂ ਟਾਈਮ ਦਿੱਤਾ ਸਾਨੂੰ, ਔਰ ਯਕੀਨਨ ਸਾਡੀ ਖੁਸ਼ਕਿਸਮਤੀ ਆਈ ਵੀ ਸੌਦਾਗਰ ਵੀ ਆ ਗਿਆ ਔਰ ਇੰਜੋਏ ਅਸਾਂ ਕਰ ਲਿਆ ਜੀ। ਚੈਨਲ ਨੂੰ ਲਾਜ਼ਮੀ ਤੌਰ 'ਤੇ ਸਬਸਕ੍ਰਾਈਬ ਕਰ ਦੇਣਾ, ਜਿਹੜੇ ਦੋਸਤਾਂ ਨੂੰ ਫੇਸਬੁੱਕ 'ਤੇ ਵੇਖਦੇ ਪਏ ਨੇ ਵੀਡੀਓ ਨੂੰ ਸ਼ੇਅਰ ਕਰ ਦੇਣਾ, ਇਹਦੇ ਨਾਲ ਆਪਣੇ ਵੀਰ ਸਗੀਰ ਅਬਾਸ ਰਿੰਦ ਔਰ ਸਬੀਅਲ ਹਸਨ ਖਾਨ ਮਲਿਕ ਸਾਹਿਬ ਨੂੰ ਦਿਓ ਇਜਾਜ਼ਤ। ਰੱਬ ਰੱਬ।